ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪਬੰਦਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਸ਼ਬਦੀ ਟਕਰਾਅ ਚੱਲਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਸਲੇ ਤੇ ਬੋਲਦਿਆਂ ਕਿਹਾ ਕਿ ਦੋਵਾਂ ਵਿੱਚ ਕੋਈ ਟਕਰਾਅ ਨਹੀਂ ਹੈ। ਧਾਮੀ ਨੇ ਕਿਹਾ ਕਿ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਜੇ ਮੈਂ ਦਿੱਲੀ ਜਾ ਕੇ ਕੋਈ ਧਰਮ ਪ੍ਰਚਾਰ ਦੀ ਗੱਲ ਕਰ ਵੀ ਦਿੱਤੀ ਹੈ ਤਾਂ ਕਾਲਕਾ ਨੂੰ ਵੀ ਚਾਹੀਦਾ ਹੈ ਕਿ ਉਸ ਦਾ ਸਮਰਥਨ ਕਰਨ। ਉਹਨਾਂ ਨੇ ਕਿਹਾ ਕਿ ਜੇ ਮੈਂ ਮੈਂਬਰ ਨਤਾ ਉਥੇ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਮੈਂ ਉਥੇ ਲੜਨ ਤਾਂ ਨਹੀਂ ਗਿਆ ਸੀ ਕਈ ਵਾਰ ਮਨੁੱਖ ਨੂੰ ਆਪਣੇ ਆਪ ਤੋਂ ਆਪ ਹੀ ਖਤਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਕਾਮੀ ਨੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਨੇ 10 ਸਾਲ ਦਿੱਲੀ ਗੁਰਦੁਆਰਾ ਪਬੰਦਕ ਕਮੇਟੀ ਦੀ ਰਾਜ ਸੱਤਾ ਦਿੱਤੀ ਹੈ ਅੱਜ ਉਹ ਵਫਾਦਾਰੀਆਂ ਬਦਲ ਕੇ ਕਹਿ ਰਹੇ ਨੇ ਕਿ ਅਸੀਂ ਸ਼ਰਮਣੀ ਅਕਾਲੀ ਦਲ ਦਿੱਲੀ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਮਾਂ ਪਾਰਟੀ ਹੁੰਦੀ ਹੈ ਉਹ ਵੱਡੇ ਰੁਤਬੇ ਬਖਸ਼ਿਸ਼ ਕਰਦੀ ਹੈ ਉਹਨਾਂ ਨੇ ਇੱਕਦਮ ਸ਼ਰਮਣੀ ਅਕਾਲੀ ਦਲ ਪੰਜਾਬ ਬਣਾ ਲਓ ਨਾਤਾ ਤੋੜ ਕੇ ਸ਼ਰਮਣੀ ਅਕਾਲੀ ਦਲ ਦਿੱਲੀ ਬਣਾ ਲਈ ਹੈ ਮੈਨੇ ਕਹਿ ਕੇ ਸਮਝਦਾ ਆਉਂਦੀ ਐ ਪਰ ਕੁਝ ਗੱਲਾਂ ਕਰਨ ਦੀ ਉਹ ਲੋੜ ਮਹਿਸੂਸ ਨਹੀਂ ਕਰਦੇ ਮੈਂ ਉੱਥੇ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਮੈਨੂੰ ਕਿਉਂਕਿ ਨੋਮੀਨੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਪਹਿਲਾਂ ਮਨਜਿੰਦਰ ਸਿੰਘ ਸਿਰਸੇ ਨੂੰ ਦਿੱਤੀ ਸੀ ਉਹ ਟੈਸਟ ਦੇ ਵਿੱਚ ਫੇਲ ਹੋ ਗਿਆ ਤੇ ਮੈਂ ਹੁਣ ਉੱਥੇ ਮੈਂਬਰ ਆ ਤੇ ਮੈਂ ਵੀ ਲੋਕਾਂ ਨੂੰ ਉਤਰਦਾਇ ਕਹਿੰਦਾ ਜੇ ਮੈਂ ਉੱਥੇ ਜਾ ਕੇ ਧਰਮ ਪ੍ਰਚਾਰ ਦੀ ਕੋਈ ਗੱਲ ਸ਼ੁਰੂ ਕਰ ਦਿੱਤੀ ਆ ਤੇ ਖਾਲਕਾ ਜੀ ਨੂੰ ਵੀ ਚਾਹੀਦਾ ਪਏ ਉਹਦੀ ਦਰਗੋਜ਼ਰ ਕਰਨ ਕੋਈ ਮੈਂ ਉੱਥੇ ਲੈਣਾ ਤਾਂ ਨਹੀਂ ਗਿਆ ਕੋਈ ਮੈਂ ਉਹਨਾਂ 'ਚ ਤਖੀਰੀ ਨਹੀਂ ਪਾਉਣ ਗਿਆ ਤੇ ਆਪਣੇ ਆਪ ਕਈ ਵਾਰੀ ਮਨੁੱਖ ਨੂੰ ਆਪਣੇ ਆਪ ਤੋਂ ਆਪ ਹੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਖਤਰਾ ਨਾ ਮਹਿਸੂਸ ਕਰੋ ਗੁਰੂ ਕੀ ਸਿੱਖੀ ਜਿਹੜੀ ਆ ਇਹਨੂੰ ਕਮਾਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਉਸੇ ਅਸੀਂ ਤਾਂ ਆ ਹੁਣ 22 ਤਰੀਕ ਨੂੰ ਉਥੇ ਵੱਡਾ ਇੱਕ ਕੀਰਤਨ ਦਰਬਾਰ ਜਿਹੜਾ ਸਾਡੇ ਗੁਰਮਿੰਦਰ ਸਿੰਘ ਬੱਬਰ ਆ ਉਹਦੇ ਹਲਕੇ 'ਚ ਰੱਖਿਆ ਤੇ ਇਹ ਤਾਂ ਖੁਸ਼ੀ ਕਰਨੀ ਚਾਹੀਦੀ ਆਪਾਂ ਨੂੰ ਇਹ ਦੇ ਵਿੱਚ ਗੁੱਸੇ ਦੀ ਕੀ ਟਕਰਾ ਕੋਈ ਨਹੀਂ ਮੈਂ ਨਹੀਂ ਕੋਈ ਵੀ ਟਕਰਾ ਰੱਖਦਾ ਨਾ ਮੰਦ ਭਾਵਨਾ ਨਾਲ ਚੱਲਦਾ ਹਾਂ ਪਰ ਇੱਕ ਗੱਲ ਤੁਹਾਡੇ ਮੀਡੀਅਮ ਰਾਹੀਂ ਜ਼ਰੂਰ ਕਹਿਣੀ ਚਾਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਉਹਨਾਂ ਨੂੰ ਰਾਸ ਸਤਾ ਦਿੱਤੀ ਦਿੱਲੀ ਗੁਰਦਾਰਾ ਪ੍ਰਬੰਧ ਕਮੇਟੀ ਦੀ ਜਿੱਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆ ਅੱਜ ਉਹ ਵਫਾਦਾਰੀਆਂ ਬਦਲ ਕੇ ਕਹਿ ਰਹੇ ਵੇ ਇਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਆ ਇਹ ਨਹੀਂ ਚਾਹੀਦੀ ਮਾਂ ਜਿਹੜੀ ਪਾਰਟੀ ਹੁੰਦੀ ਇਹਨੂੰ ਮਾਂ ਦਾ ਰਜ਼ਰਜਾ ਦਿੱਤਾ ਜਾਂਦਾ ਕਿਉਂ ਮਾਂ ਬੱਚੇ ਨੂੰ ਪਾਲਦੀ ਆ ਸਮਾਜ ਦੇ ਵਿੱਚ ਰੁਤਬਾ ਦਿੰਦੀ ਤੇ ਜਿਹੜੀ ਪਾਰਟੀ ਆ ਉਹ ਉਹਦੀ ਫੇਰ ਸੇਵਾ ਸੰਭਾਲ ਕਰਦੀ ਆ ਵੱਡੇ ਰੁਤਬੇ ਵੀ ਬਖਸ਼ਿਸ਼ ਕਰਦੀ ਆ ਤੇ ਜੇ ਉਹਨਾਂ ਨੂੰ ਸਾਰਾ ਕੁਝ ਬਖਸ਼ਿਸ਼ ਕੀਤਾ ਤੇ ਫੇਰ ਸਲਾਹ ਕਰ ਲੈਣੀ ਚਾਹੀਦੀ ਸੀ ਇੱਕਦਮ ਛੱਡ ਕੇ ਸ਼੍ਰੋਮਣੀ ਕਾਲੀਦਾਰ ਪੰਜਾਬ ਨਾਲੋਂ ਨਾਤਾ ਤੋੜ ਕੇ ਸ਼੍ਰੋਮਣੀ ਕਾਲ ਦਾ ਦਿੱਲੀ ਬਣਾ ਲਿਆ ਸਮਝਦਾ ਆਉਂਦੀ ਆ ਪਰ ਕੁਝ ਗੱਲਾਂ ਹੱਲ ਕਰਨ ਦੀ ਮੈਂ ਲੋੜ ਨਹੀਂ ਮਹਿਸੂਸ ਕਰਦਾ ਦਰਅਸਲ ਕਲ ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਕਮੇਟੀ ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਦਿੱਲੀ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਕਾਰਕਾਨੇ ਕਹਿਆ ਸੀ ਕਿ ਸ਼ਰਮਣੀ ਕਮੇਟੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ 5 ਕਰੋੜ ਦਾ ਬਜਟ ਦਿੱਲੀ ਵਾਸਤੇ ਦੇਵੇਗੀ ਕਾਰਕਾਨੇ ਧਾਮੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੋ 5 ਕਰੋੜ ਦਾ ਤੁਸੀਂ ਬਜਟ ਦੇਣ ਦਾ ਐਲਾਨ ਕੀਤਾ ਹੈ ਕੀ ਤੁਸੀਂ ਇਸ ਨੂੰ ਕਿਸੇ ਐਗਜੈਕਟਿਵ ਵਿੱਚ ਪਾਸ ਕਰਾਇਆ ਹੈ ਕਾਲਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਮੁਫਤ ਬੱਸ ਲਈ ਜਾਣ ਦਾ ਦਾਵਾ ਵੀ ਕੀਤਾ ਹੈ ਜੋ ਕਿ ਦਿੱਲੀ ਗੁਰਦੁਆਰਾ ਪਬੰਦ ਕਮੇਟੀ ਪਹਿਲਾਂ ਤੋਂ ਹੀ ਦੇ ਰਹੀ ਹੈ ਕਾਲਕ ਨੇ ਸਵਾਲ ਕੀਤਾ ਕਿ ਐ ਜੀ ਪੀ ਸੀ ਨੂੰ ਤਾਂ ਸਗੋਂ ਚਾਹੀਦਾ ਸੀ ਕਿ ਅੰਮ੍ਰਿਤਸਰ ਤੋਂ ਦਿੱਲੀ ਚ ਸਥਿਤ ਨੋ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ ਮੁਫਤ ਬੱਸ ਸਰਵਿਸ ਦੇਵੇ ਪਰ ਇਹ ਤਾਂ ਉਲਟੀ ਗੰਗਾ ਹੀ ਵਹਾ ਦਿੱਤੀ ਹੈ ਕਿ ਐ ਜੀ ਪੀ ਸੀ ਨੂੰ ਅਧਿਕਾਰ ਨਹੀਂ ਕਿ ਉਹ ਦਿੱਲੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰੇ Bureau Report Dak Khalis TV